ਸਸਿਕਾਲ ਜੀ, ਮੈਂ ਤੁਹਾਡਾ ਆਪਣਾ ਵੀਰ ਗੁਰਦਾਸ ਕੈੜਾ ਜੀ ਔਰ ਮੀਡੀਆ ਇੰਚਾਰਜ ਲੁਧਿਆਣਾ ਜੀ। ਸੋ ਅੱਜ ਅਸੀਂ ਆਏ ਹਾਂ ਮਹੇਸ਼ ਸ਼ਿੰਦਰ ਸਿੰਘ ਜੀ ਗਰੇਵਾਲ, ਜੋ ਕਿ ਸਾਡੇ ਐਡਵਾਈਜ਼ਰ ਸਾਬਕਾ ਡਿਪਟੀ CM ਔਰ ਉਹਨਾਂ ਦੇ ਅੱਜ ਤਕਰੀਬਨ ਮਹੇਸ਼ ਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਦੇ ਘਰ ਆਏ ਹਾਂ, ਜਿੱਥੇ ਕਿ ਤਕਰੀਬਨ ਬਲਜੀਤ ਸਿੰਘ ਜੀ ਸਤਵਾਲ, ਜਿਨ੍ਹਾਂ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਪੰਜਾਬ ਦਾ, ਜੋ ਕਿ ਸਰਕਲ ਦੇ ਵਿੱਚ ਸਾਰਾ ਉਹ ਐਡਵਾਈਜ਼ ਕਰ ਰਹੇ ਨੇ। ਸੋ ਅੱਜ ਉਹਨਾਂ ਨੂੰ ਉਸ ਵਿਸ਼ੇ ਦੇ ਉਹਨਾਂ ਦੇ ਨਾਲ ਆਏ ਬਹੁਤ ਸਾਡੇ ਜਗਜੀਤ ਸਿੰਘ ਜੀ ਔਰ ਰਾਜਾ, ਔਰ ਸਾਡੇ ਹਰਜੀਤ ਸਿੰਘ ਜੀ ਰਾਜਾ ਔਰ ਜੱਗਾ ਜੀ, ਔਰ ਜਿਹੜੇ ਕਿ ਸਰਕਲ ਪ੍ਰਧਾਨ ਬਣਾਏ ਗਏ ਨੇ ਅਸ਼ੋਕ ਜੀ, ਜੋ ਕਿ ਮੁਲਤਾਨ, ਜਿਹੜੇ ਕਿ ਤਕਰੀਬਨ ਸਰਕਲ ਪ੍ਰਧਾਨ ਨੇ, ਔਰ ਜਿਹੜੇ ਕਿ ਦਿਲਪ੍ਰੀਤ ਸਿੰਘ ਜੀ KP ਜਿਹੜੇ ਸਰਕਲ ਪ੍ਰਧਾਨ ਨੇ, ਔਰ ਸਾਰਿਆਂ ਨੂੰ ਤਕਰੀਬਨ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਡਿਪਟੀ CM ਦੇ ਐਡਵਾਈਜ਼ਰ ਮਹੇਸ਼ ਇੰਦਰ ਸਿੰਘ ਗਰੇਵਾਲ ਵੱਲੋਂ ਬਲਜੀਤ ਸਿੰਘ ਸਤਵਾਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਕਈਆਂ ਨੂੰ ਹੋਰ ਵੀ ਅਹੁਦੇ ਵੰਡੇ ਗਏ। ਇਸ ਮੌਕੇ 'ਤੇ ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰਿਆਂ ਭੱਜੀਆਂ ਨੂੰ ਉੜਦੇ ਵੀ ਵੇਖਿਆ ਗਿਆ। ਵੱਡੀ ਗੱਲ ਇਹ ਕਿ ਅਹੁਦੇ ਪ੍ਰਾਪਤ ਕਰਨ ਵਾਲਿਆਂ ਵੱਲੋਂ ਮੀਡੀਆ ਸਾਹਮਣੇ ਖੁਸ਼ੀ ਜ਼ਾਹਰ ਕਰਨ ਤੋਂ ਆਨਾ ਕਾਨੀ ਕਤਰਾਉਂਦੇ ਵੀ ਨਜ਼ਰ ਆਏ।